दोस्तों रूरल एरिया सर्टिफिकेट दी बच्चे नूं काफ़ी थां ते जरूरत पैंदी है। ते इस वीडियो विच आपां गल करांगे कि आपां इह सर्टिफिकेट किवें बनवाना है। इस रिलेटेड तुहानूं यूट्यूब ते बहुत सारी वीडियो मिल जाणगियां, पर दोस्तों कोई दम वाली गल नहीं लगी, मैं भी देखी काफ़ी वीडियोज़। इको एक जरिया जिहड़ा इह सर्टिफिकेट बनाउण दा, इह ऑफलाइन तरीका है, ऑनलाइन इस नूं बनाउण दा कोई भी इहनां ने तरीका नहीं दस्सिया होया। ते अज दी वीडियो विच आपां इही गल करांगे कि इह फॉर्म है जिहड़ा आपां किवें भरना है, ते कित्थों इह डाउनलोड करना है, ਅਤੇ ਇਸ ਨੂੰ ਬਣਾਉਣ ਦਾ ਕੀ ਪ੍ਰੋਸੈਸ ਹੈ। ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਅਤੇ ਵੀਡੀਓ ਦੇ ਐਂਡ ਵਿੱਚ ਦੱਸਾਂਗਾ ਤੁਸੀਂ ਇਹ ਫੋਮ ਘਰ ਬੈਠੇ ਆਪਣੇ ਮੋਬਾਈਲ 'ਤੇ ਕਿਵੇਂ ਡਾਊਨਲੋਡ ਕਰ ਸਕਦੇ ਹੋ, ਅਤੇ ਕਿਵੇਂ ਇਸਦਾ ਪ੍ਰਿੰਟ ਕਢਵਾ ਕੇ ਇਸਦਾ ਯੂਜ਼ ਕਰਕੇ ਆਪਣਾ ਸਰਟੀਫਿਕੇਟ ਬਣਵਾ ਸਕਦੇ ਹੋ। ਅਤੇ ਦੋਸਤੋ ਹੁਣ ਆਪਾਂ ਗੱਲ ਕਰ ਲਈ ਨੇ ਇਹ ਫੋਮ ਭਰਨਾ ਕਿਵੇਂ ਹੈ। ਸਭ ਤੋਂ ਪਹਿਲਾਂ ਜਿਹੜੇ ਉੱਪਰਲੇ ਦੋ ਬੋਕਸ ਆਪਾਂ ਨੂੰ ਦਿਖ ਰਹੇ ਨੇ, ਐਪਲੀਕੇਸ਼ਨ ਨੰਬਰ ਅਤੇ ਨੇਮ ਆਫ ਬਲੋਕ ਤਹਿਸੀਲ, ਇਹ ਆਪਾਂ ਛੱਡ ਦਾਂਗੇ। ਇਹ ਜਿਹੜਾ ਕਿ ਦਫ਼ਤਰੀ ਖੰਮ ਵਾਸੀ ਹੁੰਦਾ ਆਪ ਫਿਲ ਕਰਦੇ ਨੇ। ਅਤੇ ਹੁਣ ਆਪਾਂ ਇਹ ਰੈੱਡ ਅੱਖਰਾਂ ਵਿੱਚ ਦੇਖ ਸਕਦੇ ਹਾਂ ਕਿ ਜਿੰਨਾਂ ਉੱਪਰ ਸਟਾਰ ਲੱਗਿਆ ਐਗਜ਼ਾਮਪਲ ਦੇ ਤੌਰ 'ਤੇ, ਤੁਹਾਨੂੰ ਜਿਵੇਂ ਨੇਮ ਆਪਾਂ ਇੱਥੇ ਚੈੱਕ ਕਰੀਏ, ਨੇਮ ਦੇ ਉੱਪਰ ਸਟਾਰ ਲੱਗਿਆ, ਇਹ ਭਰਨੇ ਲਾਜ਼ਮੀ ਨੇ। ਅਤੇ ਇਹਨਾਂ ਉੱਪਰ ਨਹੀਂ ਲੱਗਿਆ, ਉੱਪਰ ਨਾ ਐਡਰੈਸ 'ਤੇ ਲੱਗਿਆ ਨਾ ਇਸ 'ਤੇ ਲੱਗਿਆ, ਤਾਂ ਇਹ ਨਾ ਵੀ ਭਰੋਗੇ ਤਾਂ ਇਹ ਚੱਲ ਜਾਵੇਗਾ। ਕਿਉਂਕਿ ਦੋਸਤੋ ਹੁਣ ਆਪਾਂ ਸਟਾਰਟ ਕਰਦੇ ਹਾਂ ਪਾਰਟ 1 ਤੋਂ, ਜਿੱਥੋਂ ਆਪਾਂ ਭਰਨਾ ਸਟਾਰਟ ਕਰਨਾ। ਸਭ ਤੋਂ ਪਹਿਲਾਂ ਜਿਹੜੇ ਪਹਿਲੇ ਦੇ 3 ਪੁਆਇੰਟ ਨੇ ਇੱਥੇ ਚੈੱਕ ਕਰ ਸਕਦੇ ਹੋ ਤੁਸੀਂ। ਇਹ ਐਗਜ਼ਾਮਪਲ ਦੇ ਤੌਰ 'ਤੇ ਮੈਂ ਜੇ ਕਿਸੇ ਆਪਣੇ ਰਿਲੇਟਿਵ ਦਾ ਜਾਂ ਕਿਸੇ ਕੋਈ ਰਿਸ਼ਤੇਦਾਰ ਦਾ ਇਹ ਫੋਰਮ ਭਰ ਰਿਹਾ, ਤਾਂ ਮੈਂ ਇੱਥੇ ਆਪਣੀ ਜਾਣਕਾਰੀ ਦੇਵਾਂਗਾ। ਜੇ ਮੈਂ ਇਹ ਆਪਣੇ ਵਾਸਤੇ ਸਰਟੀਫਿਕੇਟ ਬਣਵਾ ਰਿਹਾ, ਤਾਂ ਮੈਂ ਇੱਥੇ ਆਪਣਾ ਨਾਮ ਲਿਖ ਦਾਂਗਾ ਅਤੇ ਆਪਣਾ ਐਡਰੈਸ ਲਿਖ ਦਾਂਗਾ, ਅਤੇ ਜਿਹੜਾ ਰਿਲੇਸ਼ਨ ਮੈਂ ਇੱਥੇ ਖੁਦ ਲਿਖ ਕੇ ਅੱਗੇ ਦਾ ਪ੍ਰੋਸੈਸ ਸਟਾਰਟ ਕਰਾਂਗਾ। ਇਸ ਤੋਂ ਬਾਅਦ ਦੋਸਤੋ ਨੋਰਮਲ ਜੀ ਡਿਟੇਲ ਹੈ, ਪਰਸਨਲ ਡਿਟੇਲ ਆਪਾਂ ਦੇਣੀ ਆ, ਨੇਮ ਆਪਣਾ, ਜੈਂਡਰ ਕੀ ਹੈ, ਡੇਟ ਆਫ ਬਰਥ, ਮੇਲ ਹੋਵੇ ਫੀਮੇਲ ਹੋਵੇ, ਆਪਣਾ ਐਡਰੈਸ, ਮਾਤਾ ਪਿਤਾ ਦਾ ਨਾਮ, ਈਮੇਲ ਐਡਰੈਸ, ਫੋਨ ਨੰਬਰ ਅਤੇ ਵੋਟਰ ਕਾਰਡ ਦੀ ਆਈਡੈਂਟੀ ਕਾਰਡ ਦਾ ਜਿਹੜਾ ਨੰਬਰ ਹੁੰਦਾ ਵੋਟਰ ਕਾਰਡ ਅਤੇ ਆਧਾਰ ਕਾਰਡ ਦਾ ਨੰਬਰ, ਇੱਥੇ ਆਪਾਂ ਫਿਲ ਕਰਨਾ ਹੈ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਪਾਰਟ 2 ਵਿੱਚ ਜਿਹੜਾ ਕਿ ਸੇਵਾ ਦੀ ਅਦਾਇਗੀ ਦਾ ਤਰੀਕਾ ਕੀ ਹੋਣਾ। ਅਤੇ ਦੋਸਤੋ ਇੱਥੇ ਆਪਾਂ ਸੇਵਾ ਕੇਂਦਰ 'ਤੇ ਕਲਿੱਕ ਕਰ ਲਾਂਗੇ। ਜੇ ਆਪਾਂ ਸੇਵਾ ਕੇਂਦਰ 'ਤੇ ਕਲਿੱਕ ਕਰਦੇ ਹਾਂ, ਤਾਂ ਦੋਸਤੋ ਆਪਣਾ ਸਰਟੀਫਿਕੇਟ ਆ ਜਿਹੜਾ ਉਹ ਹਫ਼ਤੇ ਦੇ ਅੰਦਰ ਅੰਦਰ ਬਣ ਕੇ ਤਿਆਰ ਹੋ ਜਾਂਦਾ। ਅਤੇ ਜੇ ਆਪਾਂ ਬਾਏ ਪੋਸਟ ਕਲਿੱਕ ਕਰਦੇ ਹਾਂ, ਤਾਂ ਕਮ ਤੋਂ ਕਮ 15 ਤੋਂ 20 ਦਿਨ ਦਾ ਟਾਈਮ ਬਾਏ ਡਾਕ ਆਪਣੇ ਘਰ ਹੁੰਦਾ, ਅਤੇ ਟਾਈਮ ਜ਼ਿਆਦਾ ਲੱਗ ਜਾਂਦਾ ਇਸ ਪ੍ਰੋਸੈਸ ਵਿੱਚ। ਇਸ ਤੋਂ ਬਾਅਦ ਆਪਾਂ ਕਿੰਨੇ ਸਾਲਾਂ ਤੋਂ ਨਾਗਰਿਕ ਇਸ ਪਤੇ 'ਤੇ ਰਹਿ ਰਿਹਾ, ਜਿੰਨੇ ਵੀ ਸਾਲਾਂ ਤੋਂ ਤੁਸੀਂ ਆਪਣੇ ਘਰ ਦੇ ਪਤੇ 'ਤੇ ਰਹਿ ਰਹੇ ਹੋ, ਉਸਦਾ ਆਪਾਂ ਇੱਥੇ ਵੇਰਵਾ ਲਿਖ ਦਾਂਗੇ, ਜਿੰਨਾ ਵੀ 15, 16, 17 ਜਿੰਨੇ ਵੀ ਸਾਲ ਦੇ ਤੁਸੀਂ ਰਹਿ ਰਹੇ ਹੋ ਉੱਥੇ। ਇਸ ਤੋਂ ਬਾਅਦ ਜਿਸ ਐਡਰੈਸ 'ਤੇ ਆਪਾਂ ਸਰਟੀਫਿਕੇਟ ਬਣਾ ਰਹੇ ਹਾਂ, ਉਸ ਐਡਰੈਸ 'ਤੇ ਆਪਾਂ ਕਿੰਨੇ ਟਾਈਮ ਤੋਂ ਰਹਿ ਰਹੇ ਹਾਂ ਅਤੇ ਕਦੋਂ ਤੱਕ ਰਹਾਂਗੇ, ਇਸ ਦੀ ਡਿਟੇਲ ਆਪਾਂ ਫਿਲ ਕਰ ਲਾਂਗੇ। ਹੁਣ ਦੋਸਤੋ ਆਪਾਂ ਗੱਲ ਕਰ ਲਈ ਨੇ ਸਭ ਤੋਂ ਪਹਿਲਾਂ ਇੰਪੋਰਟੈਂਟ ਡਾਕੂਮੈਂਟ ਕਿਹੜੇ ਇਸ ਸਰਟੀਫਿਕੇਟ ਲਈ ਆਪਾਂ ਨੂੰ ਲਾਉਣੇ ਪੈਣਗੇ। ਸਭ ਤੋਂ ਪਹਿਲਾਂ ਸਵੈ ਘੋਸ਼ਣਾ ਪੱਤਰ, ਦੋਸਤੋ ਇਹ ਜਿਹੜਾ ਸਵੈ ਘੋਸ਼ਣਾ ਪੱਤਰ ਇਸ ਫੋਰਮ ਦੇ ਵਿੱਚ ਹੀ ਆਉਂਦਾ ਹੈ, ਨੀਚੇ ਤੁਹਾਨੂੰ ਦਿਖਾਵਾਂਗਾ ਕਿਸ ਤਰ੍ਹਾਂ ਦਾ ਹੁੰਦਾ ਅਤੇ ਕੀ ਕਰਨਾ ਹੈ ਇਸਦਾ। ਇਸ ਤੋਂ ਬਾਅਦ ਆਧਾਰ ਕਾਰਡ ਦੀ ਫੋਟੋਕਾਪੀ ਲਾਉਣੀ ਹੈ, ਅਤੇ ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ ਜਾਂ ਟੈਲੀਫੋਨ ਬਿੱਲ ਜਾਂ ਪਾਣੀ ਦਾ ਬਿੱਲ ਜਾਂ ਬਿਜਲੀ ਦਾ ਬਿੱਲ, ਜੋ ਵੀ ਤੁਹਾਡੇ ਕੋਲ ਪਰੂਫ ਹੈ ਇਸ ਇਹਨਾਂ ਵਿੱਚੋਂ ਆਪਾਂ ਇੱਕ ਪਰੂਫ ਲਾ ਦੇਣਾ। ਇਸ ਤੋਂ ਬਾਅਦ ਆਪਾਂ ਪੜਤਾਲ ਪੱਤਰ ਦੀ ਕਾਪੀ ਲਾਉਣੀ ਹੈ ਇੱਕ, ਜਾਂ ਹੋਰ ਕੋਈ ਡਾਕੂਮੈਂਟ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਾ ਸਕਦੇ ਹੋ। ਅਤੇ ਇਸ ਤੋਂ ਬਾਅਦ ਕਰਨਾ ਕੁਛ ਨਹੀਂ, ਜਸਟ ਆਪਾਂ ਇੱਥੇ ਸਿਗਨੇਚਰ ਕਰ ਲੈਣੇ ਆ। ਇਸ ਤੋਂ ਬਾਅਦ ਦੋਸਤੋ ਕਰਨਾ ਕਿ 125 ਰੁਪਏ ਦੀ ਟਿਕਟ ਹੁੰਦੀ ਹੈ, ਜਿਹੜੀ ਤੁਹਾਨੂੰ ਕਚਹਿਰੀਆਂ ਵਿੱਚ ਨੋਰਮਲੀ ਮਿਲ ਜਾਂਦੀ ਹੈ 10-15 ਰੁਪਏ ਵਿੱਚ, ਅਤੇ ਇੱਥੇ ਆਪਾਂ ਲਾਉਣੀ ਹੈ। ਇਸ ਤੋਂ ਇਲਾਵਾ ਇਹ ਫੋਰਮ ਭਰਨਾ, ਇੱਥੇ ਆਪਾਂ ਬਲਾਕ ਦਾ ਆਪਣੇ ਨਾਮ ਲਿਖ ਲਾਂਗੇ, ਇਸ ਤੋਂ ਬਾਅਦ ਜ਼ਿਲ੍ਹਾ ਲਿਖ ਲਾਂਗੇ। ਇਸ ਤੋਂ ਬਾਅਦ ਆਪਾਂ ਆਪਣੀ ਥੋੜ੍ਹੀ ਜਾਣਕਾਰੀ ਹੋਰ ਇੱਥੇ ਦੇਣੀ ਹੈ ਕਿ ਮੈਂ ਇਸ ਪਿੰਡ ਦਾ ਰਹਿਣ ਵਾਲਾ, ਮੇਰੀ ਇਸ ਪਿੰਡ ਦੀ ਤਹਿਸੀਲ ਇਹ ਪੈਂਦੀ ਹੈ ਅਤੇ ਜ਼ਿਲ੍ਹਾ ਇਹ ਪੈਂਦਾ, ਤਾਂ ਪਿਛਲੇ 9 ਸਾਲਾਂ ਤੋਂ ਮੈਂ ਇੱਥੇ ਰਹਿੰਦਾ ਹਾਂ, ਅਤੇ ਆਪਣੇ ਨਾਮ ਲਿਖ ਲਾਂਗੇ ਇੱਥੇ। ਬਾਅਦ ਜਸਟ ਆਪਾਂ ਡੇਟ ਪਾ ਕੇ ਅਤੇ ਆਪਣੇ ਸਿਗਨੇਚਰ ਕਰ ਲਾਂਗੇ ਇੱਥੇ। ਦੈਨ ਦੋਸਤੋ ਇਸ ਤੋਂ ਬਾਅਦ ਇਹ ਫੋਰਮ ਫਿਲ ਕਰਕੇ ਆਪਾਂ ਤਹਿਸੀਲਦਾਰ ਦੇ ਜਿਹੜੇ ਸਿਗਨੇਚਰ ਕਰਾਵਾਂਗੇ। ਇਸ ਤੋਂ ਬਾਅਦ ਆਪਣੇ ਜ਼ਿਲ੍ਹਾ ਅਤੇ ਤਹਿਸੀਲਦਾਰ ਦੀ ਆਪਾਂ ਇੱਕ ਮੋਹਰ ਲਵਾ ਕੇ ਫੋਰਮ ਨੂੰ ਪੂਰਾ ਫਿਲ ਕਰਕੇ ਹੁਣ ਆਪਾਂ ਸੁਵਿਧਾ ਕੇਂਦਰ ਵੀ ਜਾਣਾ, ਉੱਥੇ ਸਬਮਿਟ ਕਰਕੇ ਆ ਜਾਣਾ, ਅਤੇ ਵਿਦਿਨ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਕਿ ਤੁਹਾਡਾ ਇਹ ਸਰਟੀਫਿਕੇਟ ਆ ਉਹ ਬਣ ਕੇ ਤਿਆਰ ਹੋ ਜਾਂਦਾ। ਉਸ ਤੋਂ ਬਾਅਦ ਤੁਹਾਨੂੰ ਇੱਕ ਰਿਸਿਪਟ ਮਿਲਦੀ ਹੈ, ਅਤੇ ਹਫ਼ਤੇ ਬਾਅਦ ਜਦੋਂ ਤੁਸੀਂ ਜਾਓਗੇ ਤਾਂ ਰਿਸਿਪਟ ਦਿਖਾਓਗੇ, ਤਾਂ ਤੁਹਾਡਾ ਜਿਹੜਾ ਇਹ ਸਰਟੀਫਿਕੇਟ ਹੈ ਤਿਆਰ ਕਰਕੇ ਤੁਹਾਨੂੰ ਦੇ ਦਿੱਤਾ ਜਾਂਦਾ। ਹਾਂ ਦੋਸਤੋ ਰਹੀ ਗੱਲ ਇਸ ਫੋਰਮ ਨੂੰ ਡਾਊਨਲੋਡ ਕਰਨ ਦੀ, ਤੁਸੀਂ ਕਿਤੋਂ ਡਾਊਨਲੋਡ ਨਹੀਂ ਕਰਨਾ, ਬਸ ਆਪਣਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਉਸ ਤੋਂ ਬਾਅਦ ਆਪਣਾ ਵਟਸਐਪ ਨੰਬਰ ਹੈ ਜਿਹੜਾ ਉਹ ਕਮੈਂਟ ਵਿੱਚ ਲਿਖ ਦੇਣਾ, ਮੈਂ ਤੁਹਾਨੂੰ ਇਹ ਫੋਰਮ ਡਾਊਨਲੋਡ ਕਰਕੇ ਆਪਣੇ ਆਪ ਤੁਹਾਡੇ ਵਟਸਐਪ ਨੰਬਰ ਉੱਪਰ ਸੈਂਡ ਕਰ ਦੇਵਾਂਗਾ। ਕਿਉਂਕਿ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।